ਮੈਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਦੇਹ ਸ਼ਿਵਾ ਬਰਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੂ। ਇਹੀ ਮੇਰੀ ਅਰਦਾਸ ਹੈ। ਬਾਕੀ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ, ਕਰਤੇ ਹੋ ਤੁਮ ਕਨਹੱਈਆ ਮੇਰਾ ਨਾਮ ਹੋ ਰਹਾ ਹੈ। ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮਰ ਹੈ, ਰਵਿਦਾਸ ਰਹੇ ਪ੍ਰਸੰਨ। ਸੋ ਮੈਂ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ, ਆਪਣੇ ਲੀਡਰ ਸਾਹਿਬਾਨ ਦਾ ਅਤੇ ਇੱਥੋਂ ਦੇ ਲੀਡਰ ਸਾਹਿਬਾਨ ਦਾ, ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮਾਣ ਦਿੱਤਾ ਕਿ ਮੈਂ ਜਲੰਧਰ ਤੋਂ MP ਦੀ ਚੋਣ ਲੜਾਂ। ਉਸ ਲਈ ਮੈਂ ਪਾਰਟੀ ਦਾ, ਹਾਈ ਕਮਾਂਡ ਦਾ ਅਤੇ ਇੱਥੋਂ ਦੇ ਲੀਡਰ ਸਾਹਿਬਾਨ ਦਾ, ਜਿਨ੍ਹਾਂ ਨੇ ਅਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸਿਫਾਰਸ਼ ਕੀਤੀ ਹੈ, ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਲੰਧਰ ਦੇ ਨਾਲ ਮੇਰਾ ਲਗਾਓ ਹੈ, ਅੱਜ ਦਾ ਨਹੀਂ ਹੈ, ਬਹੁਤ ਪੁਰਾਣਾ। ਸਾਡੇ ਬਜ਼ੁਰਗ ਪਹਿਲਾਂ ਦੁਆਬੇ 'ਚ ਰਹਿੰਦੇ ਸੀ, ਪੁਆਰ ਸਾਡਾ ਗੋਤ ਹੈ, ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੈ ਅਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ 'ਤੇ ਮੱਥਾ ਟੇਕਣ ਆਉਂਦੇ। ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ, ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਅਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਬਤੌਰ MC, ਸਕੂਲ ਪ੍ਰਧਾਨ, ਕਾਲਜ ਪ੍ਰਧਾਨ, ਸ਼ਹਿਰ ਖਰੜ ਦੇ ਪ੍ਰਧਾਨ, ਚਮਕੌਰ ਸਾਹਿਬ ਦੇ MLA, ਮੰਤਰੀ, ਔਰ 3 ਮਹੀਨੇ ਮੁੱਖ ਮੰਤਰੀ ਦੇ ਤੌਰ 'ਤੇ ਆਪਣੇ ਵੱਲੋਂ ਸੇਵਾ ਕੀਤੀ ਹੈ। ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਿਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲਣਗੀਆਂ, ਜਿਹਦੇ 'ਚ ਪਾਰਕਾਂ ਵੀ ਹੈ, ਜਿਹਦੇ 'ਚ ਕਮਿਊਨਿਟੀ ਸੈਂਟਰ ਵੀ ਹੈ, ਜਿਹਦੇ 'ਚ ਗਰਾਊਂਡ ਵੀ ਹੈ, ਜਿਹਦੇ 'ਚ ਗੇਟ ਵੀ ਹੈ, ਜਿਹਦੇ 'ਚ ਸੁੰਦਰਤਾ ਵੀ ਹੈ। ਅਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕਿ ਜੀ ਪਛਾਣਿਆ ਨਹੀਂ ਜਾਣਾ, ਅਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ। ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿੱਲਾ ਸੀ, ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਵੀ ਹੈ। ਫਿਰ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ, ਉੱਥੇ ਗਲਿਆਰਾ ਬਣਾਇਆ, ਇੰਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ, ਅਤੇ ਗੇਟ ਬਣ ਗਏ ਆ ਉੱਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੇ ਨਾਮ 'ਤੇ ਗੇਟ ਬਣੇ ਹੈ। ਪੂਰੇ ਸਿੱਖ ਇਤਿਹਾਸ ਨੂੰ ਫਿਲਮਾਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ। ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ, ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ। ਯੂਨੀਵਰਸਿਟੀ ਉੱਥੇ ਬਣ ਰਹੀ ਹੈ, ਉੱਥੇ 2 ITI ਕਾਲਜ ਬਣ ਰਹੇ ਹੈ, ਉੱਥੇ ਗਰਾਊਂਡ ਬਣੇ ਹੈ, ਉੱਥੇ ਸਕੂਲ, ਮਾਡਲ ਸਕੂਲ ਬਣਿਆ ਖਰੜ, ਜਿਹਦੇ ਵਿੱਚ 4700 ਬੱਚਾ ਪੜ੍ਹਦਾ। ਇਹ ਮੇਰਾ ਮਾਡਲ ਹੈ ਸਕੂਲਾਂ ਦਾ। ਉਹਦੇ 'ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮੀਨੈਂਸ ਲਿਖਾ ਤਾ, ਸਕੂਲ ਮੈਂ ਬਣਾਇਆ ਹੋਇਆ। 4700 ਬੱਚਾ ਇੱਕੋ ਸਰਕਾਰੀ ਸਕੂਲ 'ਚ ਹੈ ਪੰਜਾਬ 'ਚ, ਉਹ ਮੈਂ ਮਾਡਲ ਸਕੂਲ ਬਣਾਇਆ ਸੀ। ਉਸ ਸਮੇਂ MLA ਸਾਡੇ ਬੀਰ ਦਵਿੰਦਰ ਸੀ। ਮੇਰੇ ਪਾਸ ਇੱਕ ਸੋਚ ਹੈ, ਇੱਕ ਡਿਵੈਲਪਮੈਂਟ ਦਾ ਮਾਡਲ ਹੈ, ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ। ਕਿਉਂਕਿ ਆਟਾ ਦਾਲ ਦੇਣ ਦੇ ਨਾਲ ਕਿਸੇ ਨੇ ਅਮੀਰ ਨਹੀਂ ਹੋ ਜਾਣਾ। ਬਿਜਲੀ ਵੀ 200 ਯੂਨਿਟ ਸੀ ਪਹਿਲਾਂ, ਹੁਣ 300 ਕਰਤੀ, ਉਹਦੇ ਨਾਲ ਵੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਨਹੀਂ ਆ ਜਾਣੀ। ਖੁਸ਼ਹਾਲੀ ਆਉਣੀ ਹੈ ਜਦ ਐਜੂਕੇਸ਼ਨ ਆਏਗੀ। ਉਹ ਮੈਂ ਕੰਮ ਕੀਤਾ, ਖਰੜ ਦੇ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਖੋਲ੍ਹੀ, ਉਹਦੀ ਬਿਲਡਿੰਗ ਬਣ ਰਹੀ ਹੈ, ਕਾਲਜ ਖੋਲ੍ਹੇ ਹੈ।
ਸਾਨੂੰ ਪੜ੍ਹਾਈ ਦੀ ਲੋੜ ਹੈ, ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦੀ ਲੋੜ ਹੈ। ਆਟਾ ਦਾਲ ਤਾਂ ਅਸੀਂ ਆਪੇ ਖਰੀਦ ਲਾਂਗੇ, ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ, ਸਾਨੂੰ ਸਕਸ਼ਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ। ਉਹ ਮੇਰਾ ਮਾਡਲ ਹੈ, ਮੇਰਾ ਮਾਡਲ ਇਹ ਫਰੀ ਚੀਜ਼ਾਂ ਵੰਡਣਾ ਨਹੀਂ ਹੈ, ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ, ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ, ਇਹ ਮੇਰਾ ਮਾਡਲ ਹੈ। ਅਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ, ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ, ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ। ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਹੀ ਨਹੀਂ ਪੰਜਾਬ ਦਾ ਅਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ, ਚਾਹੇ ਉਹ UK ਹੈ, ਚਾਹੇ USA ਹੈ, ਚਾਹੇ ਕੈਨੇਡਾ, ਚਾਹੇ ਹੋਰ ਦੇਸ਼ ਹੈ, ਇੱਥੇ ਦੇ NRI ਨੇ ਕਮਾਲ ਕਰਤੀ ਹੈ, ਸਾਡਾ ਨਾਮ ਉੱਚਾ ਕੀਤਾ। ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ, ਉਹ ਸਾਡਾ ਨਾਮ ਰੋਲ ਰਹੇ ਹੈ, ਸਾਡੇ ਨੂੰ ਬਦਨਾਮ ਕਰ ਰਹੇ ਹੈ, ਗਲੀ ਗਲੀ ਦੇ ਵਿੱਚ ਵਿਕ ਰਹੇ ਹੈ, ਦਰ ਦਰ 'ਤੇ ਘੁੰਮਦੇ ਆ ਵਿਕਣ ਵਾਸਤੇ। ਪਹਿਲਾਂ ਇੱਕ ਪਾਰਟੀ ਜਾਂਦੇ ਹੈ, ਫਿਰ ਦੂਸਰੀ ਜਾਂਦੇ ਹੈ, ਫਿਰ ਤੀਸਰੀ ਚਲੇ ਜਾਂਦੇ, ਚੌਥੀ ਦਾ ਪਤਾ ਕੋਈ ਨਹੀਂ ਕਦ ਚਲੇ ਜਾਣ। ਇਹ ਹਾਲਾਤ ਸਾਡੇ MP ਲੈਵਲ ਦੇ ਅਤੇ MLA ਲੈਵਲਾਂ ਦੇ ਲੀਡਰ ਦਾ, ਜਿਹੜੇ ਬਕਾਊ ਹੋ ਚੁੱਕੇ ਹੈ ਅਤੇ ਗੰਧਲਾ ਕਰਿਆ ਸਿਸਟਮ ਨੂੰ BJP ਨੇ ਖਾਸ ਤੌਰ 'ਤੇ ਅਤੇ ਆਮ ਆਦਮੀ ਪਾਰਟੀ ਨੇ ਖਾਸ ਤੌਰ 'ਤੇ। ਇੱਥੇ ਰਿੰਕੂ ਕਾਂਗਰਸ 'ਚੋਂ ਗਿਆ, ਅਸੀਂ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ। ਲੇਕਿਨ ਜਦ ਉਹ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ, ਕਿਉਂਕਿ ਉਹਦਾ ਤਾਂ ਕਿਰਦਾਰ ਹੀ ਕੋਈ ਨਹੀਂ ਬਚਿਆ, ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ, ਜਾਂ ਦੂਸਰੀ ਟੱਪੀ, ਜਾਂ ਫਿਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਦੇ, ਬੜੇ ਜਲੂਸ ਕੱਢੇ ਰਿੰਕੂ ਦੇ। ਅਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦੇ ਦਿੱਤੀ ਆ, ਉਹਦੇ ਕਿਹੜੇ ਪੋਸਟਰ ਲਾਉਣਗੇ? ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚ? ਉਹ ਇਨਕਲਾਬੀ ਹੈ ਜਾਂ ਉਹ ਗਰਦਾਰ ਹੈ? ਜੇ ਰਿੰਕੂ ਗਰਦਾਰ ਸੀ, ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ, ਤਾਂ ਕਿਆ ਟੀਨੂ ਗਰਦਾਰ ਨਹੀਂ ਹੈ? ਨਾਮ ਤਾਂ ਮਿਲਦੇ ਹੀ ਗਏ ਹੈ ਦੋਨੋਂ ਹੀ, ਫਿਰ ਇਹ ਗਰਦਾਰ ਕਿਉਂ ਨਹੀਂ ਹੈ? ਫਿਰ ਤੁਸੀਂ ਕਿਉਂ ਸਿਸਟਮ ਨੂੰ ਗੰਧਲਾ ਕਰ ਰਹੇ ਹੋ? ਕਿਉਂ ਸਾਡੀ ਸੱਭਿਆਚਾਰ ਨੂੰ, ਸਾਡੇ ਲੋਕਾਂ ਦੇ ਇਖਲਾਕ ਨੂੰ ਤੁਸੀਂ ਲਾਲਚ ਆ ਡਰ ਦੇ ਕੇ ਬਦਲ ਰਹੇ ਹੋ? ਉਹਨਾਂ ਦਾ ਕੋਈ ਇਖਲਾਕ ਨਹੀਂ ਰਿਹਾ ਜਿਹੜੇ ਵਿਕ ਰਹੇ ਹੈ ਵਾਰ ਵਾਰ, ਅਤੇ ਜਿਹੜੇ ਲਾਲਚ ਵਿੱਚ ਆ ਡਰ ਵਿੱਚ ਆ ਕੇ ਪਾਰਟੀਆਂ ਬਦਲ ਰਹੇ ਹੈ, ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ। ਹਰਿਆਣੇ ਵਿੱਚ ਇਹ ਬਦਨਾਮੀ ਹੋਈ ਸੀ, ਆਇਆ ਰਾਮ ਗਿਆ ਰਾਮ ਹੋ ਗਿਆ ਸੀ, ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਦਿਆ। ਅੱਜ ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਦਾ ਕੈਂਡੀਡੇਟ ਕਾਂਗਰਸ 'ਚੋਂ ਲਿਆ ਕੇ ਦਿੱਤਾ ਹੈ, ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ 'ਚੋਂ ਲਿਆ ਕੇ ਦਿੱਤਾ ਹੈ, ਆਮ ਆਦਮੀ ਪਾਰਟੀ ਨੇ ਇੱਥੇ ਦਾ ਕੈਂਡੀਡੇਟ ਅਕਾਲੀ ਦਲ 'ਚੋਂ ਲਿਆ ਕੇ ਦਿੱਤਾ। ਕਿਉਂ ਬਈ? ਜਿਹੜੇ ਵਲੰਟਰੀਆਂ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ, ਇਹਨਾਂ ਦੀ ਬਦਲਾਓ ਲਿਆਉਣ ਦੀ ਜਿਹੜੀ ਨਾਰਾ ਸੀ ਉਹ ਬਦਲਾਓ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾ ਦਿੱਤੀਆਂ, ਆਪਣੇ ਘਰ ਵੇਚ ਕੇ ਲਗਾ ਤੇ ਪਾਰਟੀ 'ਤੇ। ਕਿਆ ਉਹਨਾਂ 'ਚੋਂ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ, ਹੁਸ਼ਿਆਰਪੁਰ ਦੀ ਜਾਂ ਫਤਿਹਗੜ੍ਹ ਸਾਹਿਬ ਦੀ ਟਿਕਟ ਦਿੱਤੀ ਜਾਂਦੀ? ਕਿਉਂ ਬਾਹਰ ਦੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਜਾਂ ਉਹਨਾਂ ਨੂੰ ਡਰ ਕੇ ਟਿਕਟਾਂ ਦਿੱਤੀਆਂ ਜਾਂਦੀਆਂ? ਵਲੰਟੀਅਰ ਕਿੱਥੇ ਜਾਵੇ? ਇੱਕ ਮਿੰਟ ਗੱਲਾਂ ਕਰ ਲੈਣ ਦਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਟਾਈਮ ਦਊਂਗਾ। ਸੋ ਮੈਂ ਇਹ ਗੱਲਾਂ
ਤੁਹਾਡੇ ਰਾਹੀਂ ਲੋਕਾਂ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਦਲ ਬਦਲੂ ਔਰ ਇਖਲਾਕ ਤੋਂ ਗਿਰੇ ਵਿਕਾਊ ਔਰ ਡਰਪੋਕ ਲੋਕ ਹੈ, ਇਹਨਾਂ ਨੂੰ ਮੂੰਹ ਨਾ ਲਾਓ, ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ। ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਵੋਟ ਨਾ ਪਾਓ, ਕਿਸੇ ਨੂੰ ਨਾ ਪਾਓ। ਜਿਹੜੇ ਆਪਣੀ ਮਾਂ ਪਾਰਟੀ ਦੇ ਮੂੰਹ 'ਤੇ ਚਪੇੜ ਮਾਰ ਕੇ ਜਾਂਦੇ ਹੈ, ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ, ਜਿਹੜੇ ਉਹਨੂੰ ਧੋਖਾ ਦੇ ਕੇ ਜਾਂਦੇ ਹੈ। ਸੋ ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ, ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ। ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਕਿਹਦੀ ਚੈਨ ਕਦ ਕੋਈ ਖੋਲ੍ਹਵੇ ਕੋਈ ਪਤਾ ਨਹੀਂ, ਕਿਹਦੀ ਕੋਈ ਮੋਬਾਈਲ ਚੱਕ ਲੈ ਜਾਵੇ ਜਾਂ ਕਿਹਨੂੰ ਧਮਕੀ ਆ ਜਾਵੇ, ਕੀ ਤੋਂ ਅੰਦਰ ਖਾਤੇ ਪੈਸੇ ਲਈ ਜਾਂਦੇ ਪਤਾ ਨਹੀਂ ਲੱਗ ਰਿਹਾ। ਲੇਕਿਨ ਲੋਅ ਐਂਡ ਆਰਡਰ ਦੀ ਹਾਲਾਤ ਬਹੁਤ ਮਾੜੇ, ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ, ਅਤੇ ਨਾਲ ਨਾਲ ਇੱਥੇ ਸੱਟਾ ਚੱਲਦਾ, ਨਾਲ ਨਾਲ ਇੱਥੇ ਜੂਏ ਦੇ ਅੱਡੇ ਚੱਲਦੇ ਹੈ, ਨਾਲ ਨਾਲ ਇੱਥੇ ਨਸ਼ੇ ਵਿਕਦੇ, ਅਤੇ ਉਹਨੂੰ ਚਲਾਉਂਦੇ ਹੈ ਇੱਥੋਂ ਦੇ ਲੀਡਰ। ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ, ਅਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ, ਅਤੇ ਮਾਫੀਏ ਪਿੱਛੇ ਹੁੰਦੀਆਂ, ਅਤੇ ਸਮਝੌਤੇ ਵੀ ਇਸੇ ਕਰਕੇ ਹੁੰਦੇ, ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਇਸ ਕਰਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ, ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ, ਅਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਘੁਮਾਏ ਜਾਂਦੇ, ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ, ਉਸ ਤਰ੍ਹਾਂ ਕਦੇ ਇੱਧਰ ਗੇਰ ਲੈਂਦੇ ਇਹਨਾਂ ਨੂੰ, ਕਦੇ ਇੱਧਰ ਗੇਰ ਲੈਂਦੇ। ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਉੱਥੇ, ਮੈਂ ਉਹਨਾਂ ਦਾ ਅੱਜ ਆਸ਼ੀਰਵਾਦ ਲੈ ਕੇ ਆਇਆ ਇੱਥੇ, ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦਿਓ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ। ਅਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੇਰੇ ਸ਼੍ਰੀ ਕ੍ਰਿਸ਼ਨ ਹੋ, ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ। ਮੈਂ ਸੇਵਕ ਬਣ ਕੇ ਆਇਆ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ, ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਅਤੇ ਸੇਵਾ ਕਰਾਂਗਾ। ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ, ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ, ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਅਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ। ਜਿਸ ਤਰ੍ਹਾਂ ਪਹਿਲਾਂ ਫੁੱਟਬਾਲ ਫੀਫਾ ਦੀ ਇੱਥੇ ਤੋਂ ਜਮੜ ਕੇ ਜਾਂਦੀ ਸੀ, ਉਹ ਚੀਜ਼ਾਂ ਦੁਬਾਰੇ ਆਉਣਗੀਆਂ ਅਤੇ ਇਹ ਇੰਡਸਟਰੀ ਜਦ ਦੁਬਾਰੇ ਵਧੇਗੀ। ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ, ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ। ਅਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮਿਨਿਸਟਰ ਹੈ, ਲੇਕਿਨ ਝਾੜੂ ਵਾਲਾ ਅਤੇ ਝਾੜੂ ਵੀ ਨਹੀਂ ਮਰਵਾ ਹੁੰਦਾ। ਇੱਥੇ ਗੰਦਗੀ ਪਈ ਹੈ ਸਾਰੇ ਪਾਸੇ, ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ, ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਲੋਕਾਂ ਵਾਸਤੇ ਰੁਜ਼ਗਾਰ ਦੇ ਸਾਧਨ ਨਹੀਂ। ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਉਣੀ ਹੈ, ਹਾਲਾਂਕਿ PTU ਇੱਥੋਂ ਦੂਰ ਹੈ, ਉਹ ਟੈਕਨੀਕਲੀ ਪੜ੍ਹਾਈ ਦਿੰਦੀ ਹੈ ਇਕੱਲੀ, ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ, ਉਹਨਾਂ ਦੀ ਇੰਪਲਾਈਬਿਲਟੀ ਹੋਵੇ, ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ, ਉਹ ਆਪ ਕਮਾਉਣ ਵਾਲੇ ਹੋਣ। ਅਤੇ ਨਾਲ ਨਾਲ ਇੱਕ ਸ਼ਾਨਦਾਰ ਹੋਸਪਿਟਲ ਇੱਥੇ PGI ਲੈਵਲ ਦਾ ਚਾਹੀਦਾ, ਜਿਹਦੀ ਜ਼ਰੂਰਤ ਹੈ, ਤਾਂ ਕਿ ਗਰੀਬ ਆਦਮੀ ਸਰਕਾਰੀ ਹੋਸਪਿਟਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ, ਜਿਹੜਾ ਕਿ ਇੱਥੇ ਵਾਂਝਾ ਰੱਖਿਆ ਹੋਇਆ। ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ, ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ,
ਲੇਕਿਨ ਅੱਜ ਤੱਕ ਇਹਨਾਂ ਨੇ ਸਿਰੇ ਨਹੀਂ ਚੜਾਇਆ, ਉਹ ਬਣਿਆ ਨਹੀਂ ਪੂਰਾ। ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਈਆ ਪਾਸ ਕਰਕੇ ਕੈਬਨਿਟ 'ਚ 25 ਕਰੋੜ ਦਾ ਚੈੱਕ ਦੇ ਕੇ ਗਿਆ, ਇਹਨਾਂ ਦੇ ਖਾਤੇ ਵਿੱਚ ਆ ਗਿਆ। ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ। ਫਿਰ ਵੋਟਾਂ ਆ ਗਈਆਂ, ਫਿਰ ਮੁੱਖ ਮੰਤਰੀ ਜੀ ਉੱਥੇ ਇੱਕ ਚੈੱਕ ਲੈ ਕੇ ਪਹੁੰਚ ਗਏ ਵੀ ਲਓ ਜੀ ਅਸੀਂ ਦੇ ਦਿੰਦੇ ਹਾਂ। 11 ਮਹੀਨੇ ਵੋਟਾਂ ਪਈਆਂ ਨੂੰ ਹੋ ਗਿਆ, ਅੱਜ ਤੱਕ 1 ਰੁਪਈਆ ਉਹਦੇ 'ਚੋਂ ਕਢਾਇਆ ਨਹੀਂ, ਕੋਈ ਕੁਛ ਨਹੀਂ ਕੀਤਾ, ਸਾਰੇ ਲਾਰੇ ਦੇ ਰਹੇ। ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ ਡਿਪਟੀ CM ਦਲਿਤ ਬਣਾਵਾਂਗੇ, ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਹੈ। ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ, ਇੱਥੇ ਮੁੱਖ ਮੰਤਰੀ ਨੇ ਫਿਰ ਐਲਾਨ ਕਰਿਆ ਕੇਜਰੀਵਾਲ ਨੇ ਆ ਕੇ ਕਿ ਜੀ ਇੱਥੇ ਡਿਪਟੀ CM ਮੁੱਖ ਦਲਿਤ ਵਰਗ ਦਾ ਬਣੇਗਾ। ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਹੈ, ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ, ਕੋਈ ਸੁਣਵਾਈ ਨਹੀਂ ਹੈ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ, ਕੋਈ ਪੁੱਛ ਨਹੀਂ ਹੈ, ਬਲਕਿ ਲਤਾੜਿਆ ਜਾ ਰਿਹਾ ਹੈ, ਸ਼ਰਾਬ ਗੰਦੀ ਪਿਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ। 21 ਬੰਦੇ ਮਰ ਗਏ ਹੈ ਗੰਦੀ ਸ਼ਰਾਬ ਪੀ ਕੇ, ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ, ਔਰ ਉਹਨਾਂ ਦੀ ਸੁਣਵਾਈ ਕੋਈ ਨਹੀਂ। ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਹੈ। SC ਸਕੋਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਅਤੇ ਇਹਨਾਂ ਨੇ ਵੀ ਬੰਦ ਕਰਤਾ, ਅਤੇ 60-40 ਦੀ ਰੇਸ਼ੋ ਕਰਤੀ। ਪਹਿਲਾਂ ਪੂਰਾ ਆਉਂਦਾ ਸੀ, ਲੇਕਿਨ ਕੇਂਦਰ ਸਰਕਾਰ ਨੇ 60-40 ਦੀ ਰੇਸ਼ੋ ਕਰਤੀ। 40% ਜਿਹੜਾ ਪੰਜਾਬ ਦੀ ਸਰਕਾਰ ਦਾ, ਉਹ ਪੰਜਾਬ ਸਰਕਾਰ ਦੇ ਨਹੀਂ ਰਹੀ, 2 ਸਾਲ ਤੋਂ 1 ਪੈਸਾ ਨਹੀਂ ਦਿੱਤਾ SC ਸਕੋਲਰਸ਼ਿਪ ਦੇ ਵਿੱਚ। ਇਸ ਦੇ ਨਾਲ ਨਾਲ ਦਲਿਤ ਵਰਗ ਨੂੰ, ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਘੜੀਸਿਆ ਜਾ ਰਿਹਾ। ਇੱਥੇ ਤੱਕ ਕਿ ਕੱਲ੍ਹ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਲੀ ਘੜ ਨਹੀਂ ਹੈ, ਮੈਂ ਕੋਈ ਸੁਨਿਆਰਾ ਨਹੀਂ ਹੈ। ਉਹ ਭਾਈ ਐਵੇਂ ਪੰਗਾ ਨਾ ਲੈ ਬੈਠੀ, ਤੈਨੂੰ ਗੁੱਲੀ ਵਾਂਗੂ ਘੜ ਦੇਣਗੇ ਇਹ, ਜਿਨ੍ਹਾਂ ਨੂੰ ਤੂੰ ਗੁੱਲੀ ਘੜ ਕਹਿ ਰਿਹਾ। ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ, ਉਹ ਸਰਾਪ ਸੋਨੇ ਦੇ ਗਹਿਣੇ ਬਣਾਉਂਦੇ ਆ, ਔਰ ਉਹਦੇ 'ਚ ਨਗ ਜੜਦੇ ਤੇਰੇ, ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ, ਨਾਲੇ ਤੇਰੀ ਪਾਰਟੀ ਯਾਦ ਰੱਖੇਗੀ। ਇਹ ਕੋਈ ਗੱਲ ਹੈ ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸੁਨਿਆਰਾ ਨਹੀਂ, ਮੈਂ ਕੋਈ ਗੁੱਲੀ ਕੱਢ ਲਈ ਹੈ? ਤੁਸੀਂ ਬਹੁਤ ਬੜੇ ਪੀੜ ਜਾਂਦੇ ਹੋ ਬਈ। ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਹੈ, ਦੂਸਰਿਆਂ ਨੂੰ ਜੱਫੀਆਂ ਪਾਉਂਦੇ, ਸਭ ਕੁਛ ਕਰਦੇ ਹੈ, ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਇਹਨਾਂ ਦੇ ਆਪਣੇ MLA ਨੇ, ਆਮ ਆਦਮੀ ਪਾਰਟੀ ਦੇ ਨੇ, ਕਹਿ ਤਾ ਕਿ ਜੀ ਡਿਪਟੀ CM ਲਗਾਓ, ਉਹਦੀਆਂ ਸਾਰੀਆਂ ਪਾਵਰਾਂ ਵਾਪਸ ਲੈ ਲਈਆਂ, ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਣ। ਇਸ ਕਰਕੇ ਸਿਰਫ ਕਿ ਇਹਨੇ ਡਿਪਟੀ CM ਮੰਗ ਲਿਆ। ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀਆਂ ਕਰਨ ਵਾਸਤੇ ਆਇਆ। ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ, ਬੀਬੀਆਂ ਵਾਸਤੇ, ਮਾਵਾਂ ਵਾਸਤੇ ਇਹਨਾਂ ਨੇ 1000 ਰੁਪਈਆ ਅਨਾਊਂਸ ਕੀਤਾ ਸੀ, ਅੱਜ ਉਹ ਡਿੱਕੀ ਜਾ ਰਹੀਆਂ। ਇਹਨਾਂ ਵਾਲਾ ਹੀ ਝਾੜੂ ਹੱਥ ਚੱਕੀ ਖੜੀਆਂ ਹੀ ਮਰ ਜਾਣੇ ਹੋ, ਆ ਜਾਓ ਪਿੰਡ ਦੇ ਵਿੱਚ, ਅਸੀਂ ਤੁਹਾਨੂੰ ਪੁੱਛਾਂਗੇ ਵੀ 1000 ਰੁਪਈਆ ਕਿੱਥੇ ਹੈ। ਕੋਈ ਇਸ ਸਾਲ ਦੇ ਬਜਟ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਈਆ ਉਹਨਾਂ ਨੂੰ ਦੇਵਾਂਗੇ। ਅਤੇ ਨਾਲ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ PT ਯੂਨੀਵਰਸਿਟੀ ਹੈ, ਮੈਂ ਅੰਬੇਦਕਰ ਸਾਹਿਬ ਦਾ ਉੱਥੇ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਈਆ ਪਾਸ ਕਰਕੇ
ਅਲੱਗ ਰੱਖ ਕੇ ਪੈਸਾ ਉੱਥੇ ਨੀਂਹ ਪੱਥਰ ਰੱਖ ਕੇ ਆਇਆ ਸੀ, ਅੱਜ ਤੱਕ ਕੁਛ ਨਹੀਂ ਕੀਤਾ। ਮੈਂ ਵਾਲਮੀਕ ਜੀ ਦੇ ਤੀਰਥ ਸਥਾਨ 'ਤੇ 28 ਕਰੋੜ ਰੁਪਈਆ ਪਾਸ ਕਰਕੇ ਟੈਂਡਰ ਲਾ ਕੇ ਠੇਕੇਦਾਰ ਨੂੰ ਕੰਮ ਦੇ ਕੇ ਗਿਆ ਸੀ ਐਜ਼ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਅਸੀਂ ਚਮਕੌਰ ਸਾਹਿਬ 'ਚ ਸਿੱਖ ਹਿਸਟਰੀ ਨੂੰ ਫਿਲਮਾਇਆ ਉੱਥੇ ਭਗਵਾਨ ਵਾਲਮੀਕ ਜੀ ਦੀ ਨੂੰ ਔਰ ਰਮਾਇਣ ਦੀ ਹਿਸਟਰੀ ਨੂੰ ਫਿਲਮਾਇਆ ਜਾਏਗਾ, ਲੇਕਿਨ ਇਹਨਾਂ ਨੇ ਕੁਛ ਨਹੀਂ ਕੀਤਾ। ਮੈਂ ਗੀਤਾ ਅਧਿਐਨ ਅਤੇ ਰਮਾਇਣ ਅਧਿਐਨ ਸੈਂਟਰ ਖੋਲ੍ਹਣ ਵਾਸਤੇ ਕੈਬਨਿਟ 'ਚ ਪਾਸ ਕੀਤੇ ਸੀ, ਇਹਨਾਂ ਨੇ ਕੁਛ ਨਹੀਂ ਕੀਤਾ। 10 ਕਰੋੜ ਰੁਪਈਆ ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ, ਅਜੇ ਤੱਕ ਪੂਰਾ ਨਹੀਂ ਲੱਗਿਆ, ਕੁਛ ਲੱਗੇ ਹੈ। ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ 'ਚ ਕਿਹਾ ਦਿੱਤਾ ਮੈਨੂੰ ਉਸਦਾ ਕੋਈ ਵੇਰਵਾ ਦੇਣ, 1 ਰੁਪਈਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ, ਇੱਕ ਕੋਈ ਕਾਲਜ ਨਹੀਂ ਦਿੱਤਾ, ਕੋਈ ਹਸਪਤਾਲ ਨਹੀਂ ਦਿੱਤਾ, ਕੋਈ ਕੰਮ ਨਹੀਂ ਕਰਿਆ, ਗੰਦਗੀ ਦੇ ਢੇਰ ਹੈ। ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ, ਤੁਸੀਂ ਕੀਤਾ ਕਿਆ ਹੈ? ਤੁਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਿਦਾਸ ਜੀ ਦਾ ਇੱਕ ਮੰਦਰ ਸੀ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਇਆ ਅਤੇ ਅੱਜ ਤੱਕ ਦੁਬਾਰੇ ਨਹੀਂ ਬਣਾਇਆ। ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ, ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ, ਔਰ ਗਏ ਵੀ 1000 ਕਰੋੜ ਦੇ ਘੁਟਾਲੇ ਵਿੱਚ ਹੈ, ਸੇਮ ਘੁਟਾਲਾ ਪੰਜਾਬ ਵਿੱਚ ਵੀ ਹੋਇਆ ਔਰ ਉਹਦੇ ਨਾਲ ਡਬਲ ਹੋਇਆ। ਇਹਨਾਂ ਨੂੰ ਅਜੇ ਤੱਕ BJP ਪੁੱਛ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਆ ਮਿਲੀ ਭੁਗਤ ਹੈ, ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤ ਹੈ, ਜਿਹਦੇ ਕਰਕੇ ਉਹ ਮਿਲੀ ਭੁਗਤ ਕਰਕੇ ਕਿਸਾਨਾਂ ਦੇ ਡਾਂਗਾਂ ਚੱਲਦੀਆਂ, ਗੋਲੀਆਂ ਚੱਲਦੀਆਂ, ਔਰ ਕੋਈ ਪਰਚਾ ਨਹੀਂ ਹੁੰਦਾ। ਕਿਸਾਨਾਂ 'ਤੇ ਹਰਿਆਣੇ ਸਰਕਾਰ ਨੇ ਗੋਲੀਆਂ ਚਲਾਈਆਂ, ਬੰਬ ਚਲਾਏ ਹੈ, ਸਾਡਾ ਨੌਜਵਾਨ ਮਾਰਿਆ ਗਿਆ, ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਅਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ, ਨਾ ਹੀ ਕੋਈ ਗੱਲ ਹੋਈ, ਨਾ ਹੀ ਕਿਸੇ ਦੀ ਅਰੈਸਟ ਪਾਈ, ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਪੁਲਿਸ ਵਾਲਾ ਖੜ੍ਹਾ ਸੀ ਜਿਹਨੇ ਮਾਰੀ ਹੈ। ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ, ਇਸੇ ਮੁੱਖ ਮੰਤਰੀ ਨੇ ਪਾਇਆ, ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਥੇ ਦੇ ਮੁੱਖ ਮੰਤਰੀ ਦਾ ਅਤੇ ਪਹਿਲਾਂ ਹੋਮ ਮਿਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਇਹ ਵੀ ਸੇਮ ਕਾਂਡ ਹੈ, ਸਾਡੇ ਬੰਦਿਆਂ ਨੇ ਤਾਂ ਕਿਸਾਨਾਂ ਨੇ ਤਾਂ ਡਲਾ ਵੀ ਨਹੀਂ ਮਾਰਿਆ, ਪਰ ਉਹਨਾਂ ਦੇ ਗੋਲੀਆਂ ਵੱਜੀਆਂ, ਉਹਨਾਂ ਦੇ ਬੰਦੇ ਮਾਰੇ ਗਏ। ਕਿਉਂ ਹੋ ਰਿਹਾ ਇਹ ਡਬਲ ਪੈਮਾਨੇ ਕਿਉਂ ਹੈ? ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ? ਕਿਉਂ ਰੋਜ਼ ਫਰੌਤੀਆਂ ਆਉਂਦੀਆਂ? ਸਾਬਕਾ CM ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ, ਮੈਨੂੰ ਆਇਆ, ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਨਹੀਂ ਦਿੱਤੀ। ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੌਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕਿਆ ਹਾਲ ਹੈ? ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ। ਸੋ ਮੇਰਾ ਬੇਨਤੀ ਹੈ ਕਿ 200 ਯੂਨਿਟ ਪਹਿਲਾਂ ਹੀ ਮਾਫ ਸੀ, ਇਹਨਾਂ ਨੇ 100 ਕਰਕੇ ਨਾਲ ਇਹ ਲਾ ਤਾ ਕਿ 301 ਹੋ ਗਿਆ ਤਾਂ ਸਾਰੇ ਖਤਮ। ਕਿਉਂ ਬਈ ਉਹ ਅਗਲੇ ਦਾ 200 ਵੀ ਚਲੇ ਜਾਂਦਾ, ਉਹਨੂੰ ਫਾਇਦਾ ਕਿਉਂ ਹੋਇਆ, ਨੁਕਸਾਨ ਹੀ ਹੋਇਆ? ਸਾਡਾ ਕੰਮ ਟਾਈਮ ਆ ਗਿਆ ਤਾਂ ਅਸੀਂ ਆ 301 ਵਾਲੀ ਕੰਮ ਚੱਕ ਦੇਣਾ, 300 ਸਿੱਧਾ ਫਰੀ ਹੋਏਗਾ ਅਗਲੇ ਨੂੰ, 200 ਤਾਂ ਅਸੀਂ ਦਿੰਦੇ ਸੀ, 100 ਏ ਫਾਲਤੂ ਦੇਣਾ, ਅਸੀਂ 300 ਫਰੀ ਦੇਵਾਂਗੇ। ਅਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ, ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਕਿ 1 ਲੱਖ ਰੁਪਈਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇ ਕਰੇਗੀ, ਜਿਸ ਤਰ੍ਹਾਂ ਮਨਰੇਗਾ ਅਸੀਂ ਪਕਾ ਕੇ ਦਿਖਾਈ ਹੈ,
ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ, ਹਰ ਦਿਹਾੜੀ ਮਿਲਦੀ ਹੈ। ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਈਆ ਉਹਨਾਂ ਨੂੰ ਦੇ ਕਰਨਾ। ਮੈਂ ਬੜੀਆਂ ਪਾਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ, ਲਾਲ ਡੋਰਾ ਸਕੀਮ ਸੀ, ਗਰੀਬਾਂ ਦੇ ਘਰਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਅਸੀਂ ਕਰ ਰਹੇ ਸੀ, ਇਹਨਾਂ ਨੇ ਬੰਦ ਕਰਤੀ ਹੈ। ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ, ਆਮ ਬੰਦੇ ਦਾ ਬਿੱਲ ਥੋੜ੍ਹਾ ਜਿਹਾ ਆਉਣ ਲੱਗ ਗਿਆ ਸੀ, ਇਹਨਾਂ ਨੇ ਫਿਰ ਉੱਥੇ ਲੈ ਗਏ। ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ, ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ ਇਹਨਾਂ ਨੇ ਇੱਕ ਕਬਾੜ ਹੋਇਆ ਹੋਇਆ ਥਰਮਲ ਪਲਾਂਟ 1000 ਕਰੋੜ 'ਚ ਖਰੀਦ ਲਿਆ। ਮਿਲੀ ਭੁਗਤ ਕਿਹਦੀ ਹੈ? ਮੈਂ ਮੁੱਖ ਮੰਤਰੀ ਜੀ ਤੋਂ ਪੁੱਛਣਾ ਚਾਹੁੰਦਾ। ਅਸੀਂ ਬੇਘਰਿਆਂ ਨੂੰ ਘਰ ਦਿੱਤੇ, ਇਹਨਾਂ ਨੇ ਇੱਥੇ ਘਰ ਬੇਘਰ ਘਰ ਵਾਲਿਆਂ ਦੇ ਘਰ ਢਾਹਤੇ ਹੈ, ਜਲੰਧਰ ਵਿੱਚ ਹੋਇਆ, ਬੇਘਰਿਆਂ ਦੇ ਘਰ ਤਾਂ ਕਿਆ ਦੇਣੇ। ਪੰਜਾਬੀ ਅਸੀਂ 10ਵੀਂ ਤੱਕ ਲਾਗੂ ਕੀਤੀ, 3 ਮਹੀਨੇ ਦਾ ਮੇਰਾ ਟਾਈਮ, ਅੱਜ ਲੋਕ ਯਾਦ ਕਰਦੇ ਆ, ਮੈਨੂੰ ਟੈਲੀਫੋਨ ਕਰ ਕਰਕੇ ਕਹਿੰਦੇ ਆ ਕਿ ਅਸੀਂ 3 ਮਹੀਨੇ ਬਹੁਤ ਖੁਸ਼ ਰਹੇ ਹਾਂ। ਇੱਥੇ ਤੱਕ ਕਿ ਦੀਵਾਲੀ ਨੂੰ, ਛੋਟੀ ਜਿਹੀ ਗੱਲ ਹੈ, ਦੀਵਾਲੀ ਵਾਲੇ ਦਿਨ ਮੈਂ ਅਨਾਊਂਸ ਕਰਤਾ ਕਿ ਪਟਾਕਿਆਂ ਦੇ, ਖੇਲ ਖਿੱਲਾਂ ਦੇ ਜਿੰਨੇ ਮਰਜ਼ੀ ਫੜੀਆਂ ਲਗਾਓ, ਕੋਈ ਤੁਹਾਨੂੰ ਪੁਲਿਸ ਵਾਲਾ ਨਹੀਂ ਰੋਕੇਗਾ। ਸਭ ਦੀ ਵਧੀਆ ਦੀਵਾਲੀ ਗਈ। ਆ ਐਤਕੀ ਕਿਆ ਹੋਇਆ? ਆ ਰਿੰਕੂ ਔਰ ਇਹਨਾਂ ਦੇ ਬੰਦੇ ਹੀ ਦੀਵਾਲੀ ਦੀਆਂ ਸਾਰਿਆਂ ਨੇ ਇੱਥੇ ਤੇ ਜਿੰਨੇ ਮੰਜੇ ਲੱਗੇ, ਜਿੰਨੀਆਂ ਰੇਹੜੀਆਂ ਲੱਗੀਆਂ, ਜਿੰਨੀਆਂ ਪੜੀਆਂ ਲੱਗੀਆਂ, ਕਿਸੇ ਤੋਂ 5000, ਕਿਸੇ ਤੋਂ 10000, ਅਗਲੇ ਨੂੰ ਬਚੇ ਕੁਝ। ਸਾਡੀ ਦੀਵਾਲੀ ਅਸੀਂ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ। 5.5 ਰੁਪਈਏ ਰੇਤਾ ਵੇਚਿਆ, ਅੱਜ 27 ਰੁਪਈਏ ਵਿਕ ਰਿਹਾ। ਕਿਉਂ ਕਿਉਂ ਮੁੱਖ ਮੰਤਰੀ ਗੌਰ ਨਹੀਂ ਕਰਦਾ? ਮੈਂ ਰੰਗੇ ਹੱਥੀ ਟਰੱਕ ਭਰਦੇ ਫੜਾਏ ਆ, ਕੋਈ ਪਰਚਾ ਨਹੀਂ, ਕੋਈ ਕੁਛ ਨਹੀਂ। ਆ ਤੁਸੀਂ ਕਿਤੇ ਚਲੇ ਜਾਓ ਕਿਸੇ ਦਰਿਆ ਪਰ, ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਆ, ਅਤੇ ਉਹਨੂੰ ਇਹਨਾਂ ਦੇ MLA ਉਹਦੀ ਸਰਪ੍ਰਸਤੀ ਕਰਦੇ ਆ, ਜੂਏ ਦੀ ਇਹਨਾਂ ਦੇ ਸਰਪ੍ਰਸਤੀ MLAਆਂ ਦੀ ਹੈ। ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋਲ ਕੇ ਰੱਖਿਆ ਹੋਇਆ, ਉਹ ਅੱਜ ਲੋਕਾਂ ਦੇ ਸਾਹਮਣੇ ਆਇਆ, ਅਤੇ ਆਉਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਸਭ ਸੁਣਾਉਣਗੇ। ਮੈਂ ਫਿਰ ਕਹਿੰਦਾ ਕਿ ਲੋਕ ਦੇਖਣ ਕੇ ਕਿਰਦਾਰ ਵਾਲੇ ਬੰਦੇ ਕੌਣ ਹੈ, ਜਿਨ੍ਹਾਂ ਦਾ ਆਪਣਾ ਸਟੈਂਡ ਕੋਈ ਨਹੀਂ, ਰੋਜ਼ ਬਦਲਦੇ ਹੈ, ਉਹਨਾਂ ਦੇ ਨਾਲ ਲੋਕ ਸਟੈਂਡ ਨਾ ਲੈਣ। ਇਹੀ ਮੇਰੀ ਲੋਕਾਂ ਨੂੰ ਅਪੀਲ ਹੈ। ਮੈਂ ਇੱਕ ਇੱਥੇ ਵਿਕਾਸ ਕਰਨ ਦੀ ਨੀਤ ਦੇ ਨਾਲ ਆਇਆ, ਅਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਅਤੇ ਮੈਨੂੰ ਮੌਕਾ ਦੇਣ। ਧੰਨਵਾਦ। ਦੇਖੋ, ਪੰਜਾਬ ਦੇ ਲੋਕ ਅੱਕ ਚੁੱਕੇ ਆ ਪੰਜਾਬ ਦੀ ਸਰਕਾਰ ਤੋਂ, ਅਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਕੇਂਦਰ ਦੀ ਸਰਕਾਰ ਤੋਂ, ਉਹਨਾਂ ਦੀਆਂ ਨੀਤੀਆਂ ਤੋਂ, ਉਹਨਾਂ ਦੀਆਂ ਸੂਬਿਆਂ ਦੇ ਰਾਜ ਖੋਹਣ ਦੀਆਂ ਨੀਤੀਆਂ, ਸੂਬਿਆਂ ਦੇ ਅਧਿਕਾਰ ਖੋਹਣ ਦੀਆਂ ਨੀਤੀਆਂ, ਉਹਨਾਂ ਦੀ ਪੰਜਾਬੀਆਂ ਪ੍ਰਤੀ ਮਾੜੀ ਸੋਚ, ਉਹਨਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ, ਇਸ ਤੋਂ ਲੋਕ ਅੱਕ ਚੁੱਕੇ ਔਰ ਤੰਗ ਆ ਚੁੱਕੇ ਹੈ। ਇਸ ਕਰਕੇ ਅਤੇ ਨਾਲ ਉਹਨਾਂ ਦੇ ਮਿਲਿਆ ਹੋਇਆ ਸਾਡਾ ਮੁੱਖ ਮੰਤਰੀ, ਉਹਨਾਂ ਦਾ ਪਿੱਠੂ ਬਣਿਆ ਹੋਇਆ, ਅਤੇ ਇਹਨਾਂ ਦੋਨਾਂ ਸਰਕਾਰਾਂ ਤੋਂ ਲੋਕ ਅੱਜ ਪੂਰੀ ਤਰ੍ਹਾਂ ਤੰਗ ਹੈ।
ਅਤੇ ਇਹਨਾਂ ਨੂੰ ਸਬਕ ਸਿਖਾਉਣਗੇ। ਲੋਕ ਤਾਂ ਡੀਕ ਕਰ ਰਹੇ ਵੀ ਕਦ ਦਿਨ ਆ ਜਾਵੇ ਵੋਟਾਂ ਦਾ, ਕਦ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਇਹ ਟੋਟਲੀ ਇਹ ਰੈਫਰੈਂਡਮ ਹੀ ਹੈ। ਇਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ। ਭਗਵੰਤ ਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ ਇੱਕ ਹਫ਼ਤੇ ਤੱਕ ਹੈ, ਉਸ ਤੋਂ ਬਾਅਦ ਇਹ ਸਰਕਾਰ ਗਿਰ ਜਾਣੀ ਹੈ। ਅੱਜ ਮੈਂ ਤੁਹਾਨੂੰ ਇਹ ਦਾਅਵਾ ਕਰ ਰਿਹਾ ਅਤੇ ਇੱਕ ਹਫ਼ਤੇ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਇਹ, ਕਿਉਂਕਿ ਲੋਕਾਂ ਨੇ ਐਸਾ ਫਤਵਾ ਦੇਣਾ, ਐਸਾ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਕਿ ਇਹ ਸਰਕਾਰ ਰਹਿਣੀ ਨਹੀਂ, ਨਾ ਕਿਸੇ ਨੂੰ ਭਗਵੰਤ ਮਾਨ ਨੇ ਰਹਿਣ ਦੇਣਾ, ਇਹ ਆਪਣੇ ਭਾਰ ਦੇ ਨਾਲ ਆਪ ਸਰਕਾਰ ਗਿਰੇਗੀ। ਦੇਖੋ ਜੀ, ਸਿੱਟਣ ਵਾਲੇ ਸਿੱਟਣ ਵਾਸਤੇ ਵੀ ਲੱਗੇ ਹੋਏ ਹੈ, ਔਰ ਇਹਨਾਂ ਦੇ ਵਿੱਚ ਵੀ ਬਕਾਊ ਮਾਲ ਬਹੁਤ ਹੋਇਆ ਹੋਇਆ। ਜਦ MP ਦੀ ਟਿਕਟ ਲੈ ਕੇ ਬੰਦਾ ਭੱਜ ਸਕਦਾ ਇਹਨਾਂ ਦਾ, ਇਹਨਾਂ ਦੇ ਨਾਲ ਵਾਲਾ, ਜਦ ਇਹਨਾਂ ਦਾ MLA ਜਿਹੜੇ ਨੂੰ ਕੁਛ ਵੀ ਨਹੀਂ, ਨਾ ਟਿਕਟ ਮਿਲੀ ਨਾ ਕੁਛ ਮਿਲਿਆ, ਉਹ ਭੱਜ ਗਿਆ BJP ਚਲੇ ਗਿਆ ਇੱਥੇ ਦਾ ਹੀ, ਕਿਆ ਨਾਮ ਹੈ ਉਹਦਾ, ਜਿਹਦਾ ਨਾਮ ਨਸ਼ਿਆਂ ਨੁਸ਼ਿਆਂ ਵਿੱਚ ਹੈ, ਹਾਂ ਸ਼ੀਤਲ ਉਗਰਾਲ, ਹਾਂ, ਜਦ ਉਹ ਭੱਜ ਸਕਦਾ ਹੈ ਤਾਂ ਫਿਰ ਬਾਕੀਆਂ ਦਾ ਤੁਸੀਂ ਕਿਆ ਆਸ ਰੱਖਦੇ ਹੋ। ਇਹਨਾਂ ਦਾ ਸਵੇਰੇ ਸ਼ਾਮ ਦੁਪਹਿਰੇ ਰੇਟ ਹੈ ਅਲੱਗ ਅਲੱਗ, ਇਹ ਰਹਿਣੇ ਰੂਹਣੇ ਕੋਈ ਨਹੀਂ ਹੈ। ਇਹ ਸਰਕਾਰ ਜਿੱਦਣ ਚੋਣਾਂ ਹੋ ਗਈਆਂ ਉਸ 'ਤੇ ਇੱਕ ਹਫ਼ਤੇ ਬਾਅਦ ਗਿਰ ਜਾਣੀ ਹੈ। ਨਹੀਂ, ਉਹਨਾਂ ਨੂੰ ਕਿਹਨੂੰ ਨਾਮ ਨਹੀਂ ਲਾਇਆ? ਬਲਕਾਰ ਸਿੰਘ ਨੂੰ ਇਸ ਕਰਕੇ ਨਹੀਂ ਲਗਾਇਆ ਕਿ ਉਹਦਾ ਰਿਪੋਰਟ ਕਾਰਡ ਬਹੁਤ ਮਾੜਾ ਨਿਕਲਿਆ। ਉਹਦੇ ਹਲਕੇ ਦੇ ਵਿੱਚ ਜਿੰਨੇ ਲੋਕਾਂ ਪਰ ਪਰਚੇ ਦਰਜ ਹੋਏ ਆ, ਉਹਦੇ ਹਲ ਉਹਨੇ ਇੱਥੇ ਦਾ ਲੋਕਲ ਬਾਡੀ ਮੰਤਰੀ ਬਣ ਕੇ ਪੰਜਾਬ ਇੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬਿਲਕੁਲ ਤਹਿਸ ਨਹਿਸ ਕਰਤੀ ਹੈ। ਕੋਈ ਸਫਾਈ ਨਹੀਂ, ਕੋਈ ਹਰ ਨਕਸ਼ੇ ਵਿੱਚ ਪੈਸੇ ਲਏ ਜਾਂਦੇ ਹੈ, ਹਰ ਕੰਮ ਦੇ ਇੱਥੇ ਕਾਰਪੋਰੇਸ਼ਨ 'ਚ ਪੈਸੇ ਲਏ ਜਾਂਦੇ ਹੈ। ਲੋਕ ਉਹਨੂੰ ਛੇਤੀ ਭਜਾਉਣ ਨੂੰ ਤਿਆਰ ਹੈ, ਇਸ ਕਰਕੇ ਉਹਨੂੰ ਟਿਕਟ ਨਹੀਂ ਦਿੱਤੀ। ਯਾਰ ਇਹ ਤਾਂ 560 ਦਿਨਾਂ ਦੀ, ਸਾਡੇ 111 ਦਿਨ ਦੀ ਲੋਕ ਯਾਦ ਕਰਦੇ ਹੈ, ਇਹਨਾਂ ਦੀ 760 ਦਿਨ ਦੀ ਹੈ। ਲੋਕ ਇਹਨਾਂ ਤੋਂ ਅੱਕ ਚੁੱਕੇ ਹੈ, ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹੈ। ਜੋ ਇਨਕਲਾਬ ਦਾ ਇਹਨਾਂ ਦਾ ਨਾਰਾ ਸੀ ਉਹ ਉਲਟਾ ਹੋ ਗਿਆ। ਤੁਸੀਂ ਇਹਨਾਂ ਦੀ ਆਈਡੀਓਲੋਜੀ ਦੇਖੋ ਕਿਸ ਤਰ੍ਹਾਂ ਬਦਲੀ ਹੈ। ਇਹ ਹੈਗੇ ਹੈ ਭਗਵੰਤ ਮਾਨ ਹਮੇਸ਼ਾ ਪਿੱਛੇ ਫੋਟੋ ਕਿਹਦੀ ਲਾਉਂਦਾ? ਭਗਤ ਸਿੰਘ ਦੀ ਲਾਉਂਦਾ, ਅਤੇ ਭਗਤ ਸਿੰਘ ਦਾ ਖਾੜਕੂ ਬੰਦਾ ਸੀ ਯਾਰ, ਤੁਸੀਂ ਉੱਥੇ ਅਨਸ਼ਨ ਕਰਨ ਲੱਗੇ ਵੇ ਜਾ ਕੇ, ਫਿਰ ਗਾਂਧੀ ਜੀ ਦੇ ਬੈਠੋ ਨਾ ਜਾ ਕੇ, ਉਲਟ ਜਗ੍ਹਾ ਕਦੇ ਬੈਠਦੇ ਹੋ? ਇਹਨਾਂ ਦੀ ਆਈਡੀਓਲੋਜੀ ਉਹ ਚੇਂਜ ਹੋ ਚੁੱਕੀ ਹੈ। ਇਹ ਨਾ ਇਨਕਲਾਬੀ ਹੈ, ਇਨਕਲਾਬੀ ਦਾ ਇਹਨਾਂ ਨੇ ਨਾਰਾ ਦਿੱਤਾ ਸੀ, ਅਸਲ ਦੇ ਵਿੱਚ ਇੱਕ ਠੱਗਾਂ ਦਾ ਟੋਲਾ ਇਕੱਠਾ ਹੋਇਆ ਹੋਇਆ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਅਤੇ ਦਿੱਲੀ ਲੁੱਟ ਕੇ ਲਿਜਾ ਰਹੇ, ਪਾਰਟੀਆਂ ਚੱਲ ਰਹੀਆਂ। ਮੈਂ ਤਾਂ ਸ਼ੁਕਰ ਕਰਦਾ ਯਾਰ ਸਾਡੇ ਜਹਾਜ਼ ਦੇ ਤਾਂ ਪੈਸੇ ਬਚ ਗਏ ਘੱਟ ਤੋਂ ਘੱਟ, ਨਹੀਂ ਤਾਂ ਰੋਜ਼ ਜਹਾਜ਼ ਹੀ ਤੁਰੇ ਰਹਿੰਦਾ ਸੀ ਕੇਜਰੀਵਾਲ ਨੂੰ ਲੈ ਕੇ, ਜਿੰਨੇ ਦਿਨ ਉਹ ਅੰਦਰ ਹੈ ਸਾਡਾ ਤਾਂ 100 ਕਰੋੜ ਰੁਪਇਆ ਬਚ ਜਾਣਾ। ਮੈਂ ਇਸ ਗੱਲ ਦੀ ਹਮੇਸ਼ਾ ਨਿੰਦਾ ਕਰਦਾ ਕਿ ਜੀ ਧੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਜੇ ਇਹਨਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਦੇ ਨਾਲ ਧੱਕਾ ਹੋ ਰਿਹਾ ਤਾਂ ਕਿਆ ਮੈਂ ਮੁੱਖ ਮੰਤਰੀ ਨਹੀਂ ਹੈ ਰਿਹਾ? ਮੈਨੂੰ ਕਿੰਨੀ ਵਾਰ ਵਿਜੀਲੈਂਸ ਨੇ ਬਿਨਾਂ ਕਾਰਨ ਤੇ ਬੁਲਾਇਆ, 2 ਸਾਲ 'ਚ ਮੇਰਾ ਕਿਆ ਕੱਢ ਲਿਆ ਇਹਨਾਂ ਨੇ? 2 ਸਾਲ 'ਚ ਕਿੰਨੀ ਵਾਰ ਮੈਨੂੰ ਵਿਜੀਲੈਂਸ ਤੰਗ ਕਰ ਚੁੱਕੀ ਹੈ? ਪਿਛਲੀਆਂ ਚੋਣਾਂ ਆਈਆਂ ਤਾਂ ਵਿਜੀਲੈਂਸ ਆ ਗਈ, ਐਤਕੀ ਚੋਣਾਂ ਆਈਆਂ ਤਾਂ ਇਹਨਾਂ ਨੇ ਇੱਧਰ ਉੱਧਰ ਵਿਜੀਲੈਂਸ ਮੇਰੇ ਘੁਮਾਉਣੀ ਸ਼ੁਰੂ ਕਰਤੀ। 2 ਸਾਲ 'ਚ ਮੇਰਾ ਕਿਆ ਗਲਤ ਕੱਢ ਲਿਆ ਇਹਨਾਂ ਨੇ? 2 ਸਾਲ ਥੋੜ੍ਹੇ ਹੁੰਦੇ ਹੈ, ਜੇ ਮੈਂ ਕੁਛ ਕਰਿਆ ਸੀ ਤਾਂ ਮੇਰਾ ਮੈਨੂੰ ਅੰਦਰ ਦਿੰਦੇ ਫੜ ਕੇ,
ਪਰਚਾ ਦਿੰਦੇ ਮੇਰੇ ਤੇ ਹੁਣ ਤੱਕ 2 ਸਾਲ ਦੇ ਵਿੱਚ। ਜਦ ਹੁਣ ਕੇਜਰੀਵਾਲ ਦੇ ਦਿੱਤਾ ਤਾਂ ਚੀਕਾਂ, ਤਾਂ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਗਿਆ, ਇਹ ਸਾਡੇ ਨਾਲ ਧੱਕਾ ਕਰਦੇ ਆ, ਸਾਡੇ ਨਾਲ ਦਰੈਤ ਕਰਦੇ, ਸਾਨੂੰ ਡੈਮੋਕ੍ਰੇਸੀ ਖਤਮ ਕਰਤੀ। ਯਾਰ ਤੁਸੀਂ ਸਾਡੇ ਬੰਦਿਆਂ ਨੂੰ ਫੜ ਫੜ ਕੇ ਇੱਥੇ ਵਿਜੀਲੈਂਸ ਨੇ ਅੰਦਰ ਦਿੱਤਾ ਬਿਨਾਂ ਮਤਲਬ ਤੇ, ਜਦ ਕੋਈ ਧੱਕਾ ਨਹੀਂ ਸੀ। ਕਿਉਂ ਮੈਨੂੰ ਬੁਲਾਉਂਦੇ ਰਹੇ 2 ਸਾਲ? ਇੱਕ ਬੰਦੇ ਦੇ ਨਾਲ ਬੈਠ ਕੇ ਇੰਟਰਵਿਊ ਕਰਤੀ ਵੀ ਇਹਨੇ 2 ਕਰੋੜ ਰੁਪਈਆ ਚੰਨੀ ਦੇ ਭਤੀਜੇ ਨੇ ਮੰਗਿਆ, ਫਿਰ ਉਹਨੂੰ ਉਹਦੇ ਨਾਮ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮੇਰੇ ਭਤੀਜੇ ਦੇ? ਅੱਜ ਤੱਕ ਚੱਕ ਕੇ ਅੰਦਰ ਕਿਉਂ ਨਹੀਂ ਕੀਤਾ ਮੇਰਾ ਭਤੀਜਾ? ਸਿਰਫ ਹਰਾਸ਼ਮੈਂਟ ਸਾਡੀ, ਜਿੱਧਰ ਨੂੰ ਜਾਂਦੇ ਆ ਅਸੀਂ ਪੁਲਿਸ ਪਿੱਛੇ ਜਾਂ ਆਲੇ ਦੁਆਲੇ ਫਿਰਦੀ ਹੁੰਦੀ ਇਹਨਾਂ ਦੀ ਸੁੰਘ ਦੀ ਵੀ ਮੈਂ ਕਿਆ ਕਰਦਾ। ਮੈਂ ਬਾਹਰ ਗਿਆ ਤਾਂ ਬਾਹਰ ਬੰਦੇ ਭੇਜਦੇ, ਪਤਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਉਰੇ ਖਰਚਾ ਕਰਕੇ ਮੇਰੇ ਖਿਲਾਫ ਚੈੱਕ ਕਰਾਇਆ ਕਿ ਮੇਰੀ ਕਿਤੇ ਪ੍ਰੋਪਰਟੀ ਤਾਂ ਨਹੀਂ ਹੈ, ਕੁਛ ਨਹੀਂ ਮਿਲਿਆ ਇਹਨਾਂ ਨੂੰ ਮੇਰੇ ਖਿਲਾਫ। ਸਾਡੇ MLA ਸਾਡੇ ਸਰ ਮੰਤਰੀਆਂ ਦੇ ਵਿੱਚ, ਮੈਂ ਆਪਣੀ ਗੱਲ ਕਰਦਾ, ਮੈਂ ਪਹਿਲਾਂ ਕਿਹਾ ਕਿ ਮੈਂ ਇਸ ਬਦਲਾਖੋਰੀ ਦੀ ਨੀਤੀ ਦੇ ਹਮੇਸ਼ਾ ਖਿਲਾਫ ਹੈ, ਲੇਕਿਨ ਆਮ ਆਦਮੀ ਪਾਰਟੀ ਇਹ ਤਾਂ ਕਲੀਅਰ ਕਰੇ ਕਿ ਜਦ ਮੇਰੇ ਖਿਲਾਫ ਹੁੰਦਾ ਤਾਂ ਠੀਕ ਹੈ, ਜਦ ਕੇਜਰੀਵਾਲ ਦੇ ਖਿਲਾਫ ਹੋ ਗਿਆ ਤਾਂ ਗਲਤ ਹੈ। ਮੁੱਖ ਮੰਤਰੀ ਤਾਂ ਮੈਂ ਵੀ ਰਿਹਾ, ਚਾਹੇ ਮੈਂ ਥੋੜ੍ਹੇ ਦਿਨ ਰਿਹਾ ਚਾਹੇ ਮੈਂ ਗਰੀਬ, ਲੇਕਿਨ ਮੁੱਖ ਮੰਤਰੀ ਤਾਂ ਮੈਂ ਵੀ ਰਿਹਾ। ਦਿੱਲੀ ਦੇ ਗੁਣ ਗਾਉਂਦੀ ਹੋਣੀ, ਪਰ ਗੱਲ ਤੁਹਾਨੂੰ ਦੱਸਾਂ, ਕੋਈ ਐਲਾਨ ਤਾਂ ਦੱਸੋ ਜਿਹੜਾ ਪੂਰਾ ਹੋ ਗਿਆ। ਇੱਕ ਹੋਇਆ ਉਹ 26 ਜਨਵਰੀ ਨੂੰ ਕਿਹਾ ਸੀ, ਕਹਿੰਦਾ ਮੇਰੇ ਬੱਚਾ ਹੋ ਰਿਹਾ, ਥੋੜੇ ਦਿਨਾਂ ਬਾਅਦ ਬੱਚਾ ਹੋਇਆ, ਮੈਨੂੰ ਕਹਿੰਦੇ ਜੀ ਵਧਾਈ ਵਧਾਈ ਦਿਓ ਤੁਸੀਂ ਮੁੱਖ ਮੰਤਰੀ ਜੀ ਨੂੰ। ਮੈਂ ਕਿਹਾ ਬਹੁਤ ਵਧਾਈ ਹੋਵੇ, ਇੱਕ ਐਲਾਨ ਤਾਂ ਪੂਰਾ ਹੋ ਗਿਆ।